10 ਰੁਪਏ ਦੇ ਮੈਂ ਤਾਂ ਬੱਤਾ ਪੀਣਾ। ਉਹ ਕਿਹੜਾ ਬੱਤਾ ਯਾਰ, ਕਣਕ ਮੰਡੀ ਜ਼ਰੂਰ ਦੇ, ਮੈਂ ਤਾਂ ਵਿਚਾਲੇ ਛੱਡ ਕੇ ਆਵਾਂ, ਚੱਲ ਖਾ ਘੜਦਿਆਂ ਪੌੜ ਬੀਜਣੀ ਆਵਾਂ। ਉਹ ਪੁੱਤ ਕਣਕ ਆਪਣੀ ਮੰਡੀ 'ਚ ਪਈ ਆ ਹਜੇ, ਹੈਂ ਉੱਥੇ ਪਈ ਆ, ਕਹਿੰਦੇ ਬਾਰਦਾਨਾ ਨਹੀਂ ਆਉਂਦਾ, ਇੱਧਰ ਕੰਮ ਉਲਝਿਆ ਪਿਆ, ਹਜੇ ਬਹੁਤ ਛੱਟਣ ਵਾਲੀ ਪਈ ਆ। ਬਾਪੂ ਜਿਨ੍ਹਾਂ ਨੂੰ 1-1 ਕਿੱਲੇ ਆਉਂਦੇ ਨੇ ਉਹ ਤਾਂ ਬੱਤੇ ਦੀਆਂ ਪੇਟੀਆਂ ਲਾਈ ਖੜੇ ਨੇਗੇ, ਪਰ ਮੈਨੂੰ ਜੱਟ ਨੂੰ 10 ਕਿੱਲੇ ਆਉਂਦੇ ਨੇ ਤੂੰ ਫੇਰ ਵੀ ਨਹੀਂ ਲਿਆ ਕੇ ਦਿੰਦਾ। ਨਾ ਜੇ 10 ਆਉਂਦੇ ਨੇ ਫਿਰ ਉਹੀ ਡਾਉਣੇ ਨੇ ਉਹ। ਬਾਪੂ 10 ਰੁਪਈਆਂ ਨਾਲ ਕੀ ਹੁੰਦਾ ਗਾ, ਬੱਤੇ ਬੁੱਤੇ ਨਹੀਂ ਪੀਣਾ, ਬਾਣੀਆਂ ਮਕਾਲਾਂ ਦੇ ਕੰਮ ਨੇ ਇਹ, ਬੱਤੇ ਬੁੱਤੇ ਲਾ ਕੇ ਦੇ। ਕੰਮ ਨਾ ਨਹੀਂ ਕਰਦਾ ਨੀ, ਮੇਰੇ ਨਾਲ ਆ ਖੱਬਲੀ ਜਗਾ ਦੇ ਘੱਟੋ ਘੱਟ। ਬਾਪੂ 10 ਰੁਪਈਆਂ ਦਾ ਤਾਂ ਬੱਤਾ ਲਿਆ ਦੇ, ਕੋਈ ਬੱਤਾ ਦੇ ਨਹੀਂ ਆਪਾਂ, ਜੱਸ ਤੋੜੇ ਚ ਪਾਣੀ ਪੀ ਲੈ ਠੰਡਾ, ਮੈਂ ਤਾਂ ਲਿਆ ਕੇ ਦੇ।
ਅੱਜ ਆਈ ਨਹੀਂ ਹੈਗੇ ਮੁੰਡੇ ਮਤਲਬ ਕਿਸੇ ਪਾਸੇ ਆਹ ਆਉਂਦੇ ਨੇ ਮਤਲਬ ਹੋਰ ਬਾਈ ਬਾਈ ਤੁਹਾਡੇ ਵਾਸਤੇ ਨਹੀਂ ਬੈਠਾ ਹੈਗਾ ਇੱਥੇ ਮੈਂ ਉਹ ਲੋਟਾ ਲੋਟਾ ਇੱਥੇ ਤੁਹਾਡੇ ਵਾਸਤੇ ਨਹੀਂ ਬੈਠਾ ਘੰਟਾ ਹੋ ਗਿਆ ਯਾਰਾ ਕੋਈ ਬੰਦਾ ਮਗਰ ਲੱਗ ਗਿਆ ਯਾਰ ਸਾਡੇ ਤਾਂ ਬੰਦਾ ਯਾਰ ਮੈਨੂੰ ਨਾ ਮਰਾ ਦਿਓ ਕਿਤੇ ਤੁਸੀਂ ਨਾਲੇ ਨੂੰ ਲੁਕੋਲ ਕਾ ਕੇ ਰੱਖ ਲਿਆ ਕਰ ਸਿੱਧਾ ਹੀ ਪਾਈ ਫਿਰਦਾ ਡੱਬ ਡੁੱਬ ਚ ਪਾ ਕੇ ਰੱਖਿਆ ਕਰੋ ਆਪਦਾ ਮਾਲ ਦੇ ਯਾਰ ਤੋੜ ਲੱਗੀ ਪਈ ਆ ਅੰਦਰੋਂ ਮੱਛੀ ਆਂਦਾ ਸਾਰਾ ਸਮਾਨ ਬਾਈ ਓਏ ਮਾਲ ਆਈ ਨਹੀਂ ਬਹੁਤ ਮਹਿੰਗਾ ਹੋ ਗਿਆ ਪੈਸੇ ਕੱਟ ਪੈਸੇ ਪੈਸੇ ਦਿਓ ਪਹਿਲਾਂ ਪਹਿਲਾਂ ਵਾਲਾ ਲੈਣਾ 2000 ਉਹ ਬਾਈ ਅਸੀਂ ਕਿਹੜਾ ਭੱਜੇ ਜਾਂਦੇ ਆ ਯਾਰ ਕਿੰਨੇ ਨੇ ਬਾਈ ਤਾਂ ਬੁੜੀ ਦੀ ਜੇਬ ਚੋਂ ਕੱਢ ਕੇ ਬੁੜਾ ਤੁਰਿਆ ਜਾਂਦਾ ਜੀ ਨਹਿਰ 'ਚ ਧੱਕਾ ਦੇ ਕੇ ਛੱਡ ਕੇ ਲਿਆ ਮਾਲ ਗੱਡੀ 'ਚ ਤੋੜ ਪਾਲੀ ਲੱਗੀ ਪਿਓਰ ਲਿਆਂਦਾ ਜਮਾਂ ਤੁਹਾਡੇ ਖਾਤਰ ਅੱਜ ਅੱਜ ਤਾਂ ਮਸਾਂ ਜਮਾਂ ਪਿਓਰ ਹੈ ਜਮਾਂ ਪਿਓਰ ਹੈ ਬੀਕਾਨੇਰੀ ਹੈ ਤੂੰ ਇਹ ਕੀ ਕਰਨਾ ਸੀ ਤੂੰ ਉਹ ਦੇ ਯਾਰ ਉਹ ਸਾਡੇ ਵਾਲਾ ਮਾਲ ਉਹ ਨਹੀਂ ਪੈਸੇ ਦਾ ਘੱਟ ਦੇਣੋ ਇੰਨੇ ਪੈਸਿਆਂ ਦਾ ਨਹੀਂ ਬਾਈ ਉਹ ਬਾਈ ਐ ਨਾ ਕਰ ਉਹ ਇੰਨੇ ਪੈਸਿਆਂ ਦਾ ਨਹੀਂ ਹੁੰਦਾ ਜਿਹੜਾ ਪੈਸੇ ਹੋਰ ਲਿਆ ਕਰ ਤੇਰੇ ਮੂਰੇ ਹੱਥ ਬੰਨੇ ਪੈਸੇ ਹੈ ਨਹੀਂ ਯਾਰ ਉਹ ਨਾ ਇਹਦਾ 10 ਕਿੱਲਿਆਂ ਦਾ ਮਾਲਕ ਆ ਜਾਂਦਾ ਤੂੰ ਤਾਂ ਉਹ ਬਾਈ ਕੰਮ ਚੱਲਣਾ ਹੈਗਾ ਬਾਈ ਉਹਦੇ ਬਿਨਾਂ ਦਾ ਕੰਮ ਨਹੀਂ ਚੱਲਣਾ ਬਾਈ ਮੈਂ ਉਹਦੇ ਜਾ ਓਏ ਵੱਡੇ ਬਾਈ ਉਹ ਦੇ ਜਾ ਬਾਈ ਬਣੇ ਜਿੰਨੇ ਪੈਸੇ ਦਿੱਤੇ ਸੀ ਉਹਨਾਂ ਨੂੰ ਮਾਲ ਬਾਈ ਆਦਾ ਰੱਖ ਲੈ ਉਹਦਾ ਬਾਈ ਆਹ ਬੰਦਾ ਨਾਲ ਦਾ ਆਪਣੇ ਗੁਆਂਢੀ ਪਿੰਡ ਦਾ ਇਹ ਵੀ ਕਰਦਾ ਮੁੰਡਾ ਬਾਹਰ ਦਾ ਤਾਂ ਛੋਟੇ ਮੋਟੀਆਂ ਅੱਛਾ ਹਾਂ ਬੰਦਾ ਕੰਮ ਦਾ ਛੋਟੇ ਕੀ ਕੁਛ ਕਰ ਲੈਣਾ ਕੁਛ ਕਰ ਲੈਣੇ ਕਹਿੰਦਾ ਕੁਛ ਤਾਂ ਆਪਣੀ ਤੇ ਆ ਹਾਂ ਬਾਕੀ ਚਲਮ ਚੌਣ ਭਰ ਲਈਦੀ ਆ ਤੂੰ ਆਹ ਤਾਂ ਕੱਢ ਲੈਣਾ ਲੈ ਬਣਾ ਫਿਰ ਮਾਲ ਪੱਤਾ ਮੈਂ ਬਣਾ ਲਿਆ ਭਰ ਕੇ ਰਾਹ ਤੋੜ ਲੱਗੀ ਪਈ ਆ ਸਰੀਰ ਨੂੰ ਇੱਥੇ ਆ ਭਰ ਲੈ ਟਾਈਮ ਕਿੱਥੇ ਕਿਹੋ ਜਿਹਾ ਬੰਦਾ ਲਿਆ ਯਾਰ ਨਹੀਂ ਜੀ ਪਾਣੀ ਵਿੱਚ ਫਲੇਵਰ ਜਿਹਾ ਬਣਦਾ ਦੇਖਿਓ ਜੀ ਬਣਾ ਬਣਿਆ ਹੋਇਆ ਸਮਾਨ ਹਾਂ ਲੈ ਬਣਿਆ ਤਾਂ ਮਾੜਾ ਜੀ ਹੈ ਬਣਾ ਲੈ ਆਹ ਪਾਲਾ ਪਿਆ ਸੀ ਮੇਰੇ ਕੋਲ ਵਿੱਚ ਸਮਾਨ ਪਹਿਲਾਂ ਨਾਲੇ ਗੱਲ ਇੱਕ ਸੁਣ ਲੈ ਹਾਂ ਰੱਪੀਆਂ ਦੀ ਬਹੁਤ ਤੰਗੀ ਆ ਗਈ ਹੁਣ ਚੱਕਣਾ ਬੂ ਕੰਮ ਆਪਾਂ ਨੂੰ ਮੈਂ ਤੈਨੂੰ ਦੱਸਾਂ ਹਾਂ ਕਰ ਲੈਣਾ ਕੁੱਤਾ ਮੰਡੀ ਮੁੰਡੀ ਚੋਂ ਲਾ ਲਓ ਗੱਟਾ ਮੋਢੇ ਤੇ ਇੱਕ ਤਾਂ ਹੁਣ ਆਹ ਰਲ ਗਿਆ ਤੇਰੇ ਨਾਲ ਕਿਹੜਾ ਪਿੰਡ ਆ ਬਈ ਤੇਰਾ ਨਾਲ ਪਿੰਡ ਆ ਹਾਂ ਜੀ ਨਾਲ ਹੀ ਆ ਗਵਾਂਢੀ ਪਿੰਡ ਦਾ ਇਹ ਗਵਾਂਢੀ ਪਿੰਡ ਅੱਜ ਫਿਰ ਹੱਥ ਨਾਲੇ ਨੂੰ ਦੇਖ ਲਾਂਗੇ ਜੋ ਕਿ ਕਿੰਨੇ ਕੰਮ ਦਾ ਇਹ ਨਾ ਸਾਹ ਇਹ ਕਿਤੇ ਪਟੇ ਫਰਿਆ ਦੇ ਆਪਣੇ ਨਾ ਨਾ ਇਹ ਤਾਂ ਛੋਟੇ ਮੋਟੇ ਵਾਰਦਾਤ ਤਾਂ ਕਰਦੀ ਰਹੇ ਸਿਆਲ ਹੈ ਭਰ ਕੇ ਨਾ ਤੋੜ ਲੱਗੀ ਪਈ ਹੈ ਆਪਣਾ ਛੋਟਾ ਕਿੱਥੇ ਆ ਤੇਲ ਤੂਲ ਲਾ ਲਾ ਮਾੜਾ ਉਹ ਛੋਟਾ ਕਿੱਥੇ ਆਪਣਾ ਇੰਤਜ਼ਾਮ ਕਰ ਲਓ ਕਿਉਂ ਮੇਰੀ ਮਾਂ ਬਿਮਾਰ ਹੋ ਗਈ ਯਾਰ ਉਹਨਾਂ ਟਾਈਮ ਇੱਥੋਂ ਆਇਆ ਨਹੀਂ ਯਾਰ ਤੂੰ ਮਾਲ ਮੂਲ ਵਧੀਆ ਲਾ ਲਾ ਨਾ ਹੁੰਦਾ ਯਾਰ ਮਰ ਜਾਗੇ ਉਦੋਂ ਤੱਕ ਹੱਥ ਬੱਲਾ ਉਹਨਾਂ ਤਾਂ ਮਰ ਜਾਗੇ ਉਦੋਂ ਤੱਕ ਯਾਰ ਫਿਰ ਯਾਰ ਮੇਰੀ ਵੀ ਜਿੰਦਗੀ ਕੀ ਹੋ ਗਿਆ ਖਾਸੀ ਬਿਮਾਰ ਆ ਯਾਰ ਤੇਰੀ ਮਾਂ ਬਿਮਾਰ ਹੈ ਤੂੰ ਆਇਆ ਕਰੀ ਫਿਰ ਛੇਤੀ ਮੁੜੀ ਚੰਗਾ ਛੇਤੀ ਆਉਂ ਮੈਂ ਜਿੰਨਾ ਜ਼ੋਰ ਲਾ ਕੇ ਹਾਂ ਤੂੰ ਬਾਈ ਬਣ ਕੇ ਕਰੀ ਛੇਤੀ ਆਈ ਜਾਂਗਾ ਫਿਰ ਠੀਕ ਹੋ ਗਈ ਜੇ ਕੋਈ ਟਾਪਨ ਬਣਿਆ ਤਾਂ ਦੱਸ ਜੀ ਆ ਜੀ ਵਿੱਚ ਦੀ ਮਾਲ ਮੂਲ ਬਣਾ ਕੇ ਦੇ ਜਾ ਕਰੀ ਸਾਨੂੰ ਚੰਗਾ ਠੀਕ ਹੈ ਇਹ ਵੀ ਗਿਆ ਕੰਮ ਜਮੀ ਹੁਣ ਫਿਰ ਕਿਵੇਂ ਕਰੀਏ ਕੀ ਕਰਨਾ ਬਾਈ ਨੂੰ ਦੇਖੀਏ ਚੱਲ ਉਹਨੂੰ ਦੇਖ ਲਿਆ ਹਾਂ ਬਾਈ ਨੂੰ ਦੇਖੀਏ ਦੇਖ ਕੇ ਆਉਣਾ ਆ ਜਾ ਫਿਰ ਆਹ ਨਾਲ ਹੀ ਲਾਈਟ ਲਾ
ਦਬੋ ਚਲਾਨਾ ਪੁੜਪੁੜੀ ਚ ਮਾਰਦਾ ਗੋਲੀ ਜਾ ਕੇ ਮੱਥੇ ਚ ਮੈਂ ਹੁਣ ਬੁੜੇ ਕੋਲੇ ਜਾਵਾ ਜਾ ਕੇ ਆਉਂਦੇ ਲੜਕੇ ਨਾਲ ਕੀ ਪਤਾ ਚੀਜ਼ ਦੇਵੇ ਚੱਲ ਐਂ ਕਰ ਤੂੰ ਆਹ ਫੜ ਮੋਟਰ ਕੋਲੇ ਆ ਜਾ ਹਾਂ ਬੁੜੇ ਕੋਲੇ ਜਾ ਕੇ ਆਉਂਦਾ ਚੰਗਾ ਤੂੰ ਸਿੱਧਾ ਨਾ ਗਾ ਮੇਰਾ ਸਾਰਾ ਸਾਰਾ ਦਿਨ ਮੱਚਿਆ ਮਚਾ ਰਹੇ ਪਤਾ ਨੀ ਕਿਹਦੇ ਕੋਲ ਖੜਦਾ ਪੈਂਦਾ ਇਹ ਕਿਹਾ ਜਾ ਹੋਇਆ ਪਿਆ ਏਦਾਂ ਕੁੜੀ ਜੰਮਦਾ ਨਾ ਭੋਰਾ ਸੁੱਖ ਨੀ ਮੈਂ ਤਾਂ ਲਾਤਾ ਕੋਈ ਨਾ ਕਰਦੇ ਪਤਾ ਚੱਲੇਗਾ ਪੂਰੇ ਆ ਬੈਠਾ ਕੀ ਗੱਲ ਹੋ ਗਈ ਕਿਵੇਂ ਮਰ ਗਈ ਓਏ ਬਾਈ ਓਏ ਪਪਾ ਬੰਦੇ ਚੱਕਣਿਆ ਦੋ ਮੈਨੂੰ ਨਾ ਦੱਸ ਮੈਂ 70 ਪਸਾ ਦੂੰ ਛੋਟਿਆ ਬਈ ਨਾ ਤਾਂ ਬਈ ਮੈਨੂੰ ਪਤਾ ਨਹੀਂ ਉਹਦਾ ਅੱਛਾ ਪਰ ਸਾਡੇ ਦਾ ਛੋਟਾ ਪੈਸੇ ਲਈ ਆਉਂਦਾ ਸੀ ਮੈਂ ਤਾਂ ਉਦੋਂ ਪੈਸੇ ਖੋਲੇ ਨਾ ਫੋਨ ਨਾ ਮੋਟਰ ਉਹਨਾਂ ਕਰਕੇ ਅੱਜ ਮੇਰੀ ਮਾਂ ਮਰ ਗਈ ਯਾਰ ਬਈ ਓਏ ਚੱਕਣ ਮੇਰੀ ਮਾਂ ਬਿਮਾਰ ਆ ਮੈਂ ਪੈਸੇ ਫੜ ਕੇ ਲੈ ਜਾ ਛੱਡ ਦੇ ਦੋ ਮੇਰੀ ਮਾਂ ਬਿਮਾਰ ਆ ਮੈਂ ਪੈਸੇ ਫੜ ਕੇ ਲੈ ਜਾ ਆਪਣੇ ਬਾਈ ਜੀ ਸਾਰਿਆਂ ਨੂੰ ਸਾਡੇ ਵੱਲੋਂ ਅਤੇ ਆਹ ਵੀਡੀਓ ਸਾਨੂੰ ਵਧੀਆ ਲੱਗੀ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਕੀ ਵਿਚਾਰ ਨੇ ਅੱਜ ਕੱਲ੍ਹ ਦੇ ਜਿਹੜੇ ਇਹ ਦੌਰ ਚੱਲ ਰਿਹਾ ਵੀ ਕਿਤੇ ਲੁੱਟ ਖੋਹ ਕਰ ਲਈ ਹੈ ਨਾ ਕਿਉਂਕਿ ਬੇਰੁਜ਼ਗਾਰੀ ਇੰਨੀ ਵੱਧ ਚੁੱਕੀ ਹੈ ਵੀ ਨੌਜਵਾਨ ਇਸ ਪਾਸੇ ਬਾਹਲਾ ਜਾ ਰਹੇ ਨੇ ਸਾਡੇ ਨਾਲ ਜੀ ਖੁਦ ਸਾਡੇ ਨਾਲ ਹੋਈਆਂ ਨੇ ਕਦੇ ਕਿਸੇ ਨੂੰ ਘੇਰ ਲਿਆ ਮੁੜਦੇ ਰਾਤ ਨੂੰ ਕੋਈ ਨਹੀਂ ਕਿਸੇ ਨੂੰ ਲੰਘਣ ਦਿੰਦਾ ਠੀਕ ਹੈ ਤੁਸੀਂ ਵਿਚਾਰ ਜ਼ਰੂਰ ਦੱਸਿਓ ਕਮੈਂਟਾਂ 'ਚ ਅਤੇ ਇੱਕ ਸਾਨੂੰ ਵੀਰਾਂ ਦੇ ਬਹੁਤ ਫੋਨ 'ਤੇ ਮੈਸੇਜ ਆਉਣ ਲੱਗ ਗਏ ਆ ਪਿਛਲੇ 4-5 ਦਿਨਾਂ ਤੋਂ ਉਹਦਾ ਹਫ਼ਤਾ ਹੋ ਗਿਆ ਕਹਿ ਲਈਏ ਹਫ਼ਤੇ ਤੋਂ ਘੱਟ ਹੀ ਆ 4-5 ਦਿਨ ਹੋ ਗਏ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਨਾ ਵੀਡੀਓ ਨਹੀਂ ਪਾਈ ਇਸ ਹਫ਼ਤੇ ਅਸੀਂ ਵੀਡੀਓ ਪਾਈ ਸੀ ਵੀਰੇ ਕੰਮ ਦਾ ਸੀਜ਼ਨ ਸੀ ਕਿਸੇ ਨੇ ਮੈਨੂੰ ਲੱਗਦਾ ਕਿਸੇ ਵੀਰ ਨੂੰ ਟਾਈਮ ਨਹੀਂ ਲੱਗਦਾ ਹੈ ਨਾ ਉਹ ਮੂਹਰੇ ਨਹੀਂ ਆਈ ਹੋਣੀ ਅਤੇ ਅਸੀਂ ਵੀਡੀਓ ਪਾਈ ਸੀ ਉਹਦਾ ਵੀਡੀਓ ਦਾ ਨਾਂ ਸੀ ਉੱਪਰ ਉਹਦੇ ਪੋਸਟਰ 'ਤੇ ਲਿਖਿਆ ਸੀਗਾ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਅਤੇ ਉਹ ਹੁਣ ਤੁਹਾਡੇ ਜਿਹੜੀ ਸਕਰੀਨ 'ਤੇ ਨਜ਼ਰ ਆ ਰਹੀ ਹੈ ਅਤੇ ਕਲਿੱਕ ਕਰਕੇ ਬਾਈ ਜ਼ਰੂਰ ਦੇਖਣਾ ਅਤੇ ਇੱਕ ਵਾਰੀ ਜ਼ਰੂਰ ਦੇਖਿਓ ਵੀਡੀਓ ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਜ਼ਰੂਰ ਦੇਖ ਲਿਓ ਅਤੇ ਥੈਂਕ ਯੂ ਸਾਰਿਆਂ ਦਾ ਤੁਸੀਂ ਇਹਨਾਂ ਪਿਆਰ ਕਰਦੇ ਹੋ ਆਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸਾਨੂੰ ਕਮੈਂਟਾਂ ਵਿੱਚ ਵਿਚਾਰ ਦੱਸੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੀਡੀਓ ਤੁਹਾਡੀ ਸਕਰੀਨ 'ਤੇ ਨਜ਼ਰ ਆ ਰਹੀ ਹੈ ਜ਼ਰੂਰ ਦੇਖਿਓ